ਇਹਨਾਂ ਨੂੰ ਗੁੰਡਾ ਕਹਾਂ ਕਿ MLA ਕਹਾਂ, ਕਿਉਂਕਿ MLA ਸਾਹਿਬ ਨੇ ਧਮਕੀ ਤਾਂ ਅੱਜ ਗੁੰਡਿਆਂ ਵਾਲੀ ਦਿੱਤੀ ਹੈ। ਇਹ ਤਾਂ ਸੁਣਿਆ ਸੀ ਕਿ MLA ਗੁੰਡਿਆਂ ਨੂੰ ਰੱਖਦੇ ਆ, ਪਰ ਇਹ ਪਹਿਲੀ ਵਾਰ ਵੇਖਿਆ ਕਿ MLA ਆਪਣੀ ਗੁੰਡਾਗਰੀ ਵੀ ਨਾਲ ਰੱਖਦੇ ਆ। ABC ਪੰਜਾਬ ਦੇ ਪੱਤਰਕਾਰ ਸੰਦੀਪ ਲਾਦੂਕਾ ਨੂੰ ਜਨਾਬ ਜੀ ਕਹਿੰਦੇ, ਮੈਂ ਤੈਨੂੰ ਬਾਹਰ ਦੇਖਦਾ। ਕਿਉਂ ਭਾਈ MLA ਸਾਹਿਬ, ਤੁਸੀਂ ਇੱਥੇ ਦੇਖ ਲੈਂਦੇ, ਜਿਹੜਾ ਕੱਟਾ ਕੱਟੀ ਕੱਢਣਾ ਸੀ ਕੱਢ ਲੈਂਦੇ ਇੱਥੇ ਹੀ, ਬਾਹਰ ਦੀ ਉਡੀਕ ਕਿਉਂ ਕੀਤੀ? ਹੁਣ ਇਹ ਨਹੀਂ ਪਤਾ ਕਿ ਸੱਤਾ ਦਾ ਨਸ਼ਾ ਤੁਹਾਡੇ ਸਿਰ 'ਤੇ ਬੋਲ ਰਿਹਾ ਸੀ ਜਾਂ ਫਿਰ ਹੰਕਾਰ ਬੋਲ ਰਿਹਾ ਸੀ। ਅਤੇ ਜੇਕਰ ਸੱਤਾ ਦਾ ਨਸ਼ਾ ਬੋਲ ਰਿਹਾ ਸੀ ਤਾਂ ਇੱਕ ਗੱਲ ਦਿਮਾਗ 'ਚ ਬਿਠਾ ਲਵੋ ਕਿ ਲੋਕ ਜਿੰਨੀ ਜਲਦੀ ਚੜ੍ਹਾਉਂਦੇ ਆ ਨਾ ਉਤਾਰਦੇ ਤਾਂ ਉਸ ਤੋਂ ਵਧੇਰੇ ਸਪੀਡ 'ਤੇ ਆ। ਅਤੇ ਜੇਕਰ ਹੰਕਾਰ ਬੋਲ ਰਿਹਾ ਸੀ ਤਾਂ ਇਹ ਗੱਲ ਯਾਦ ਰੱਖੋ ਕਿ ਆਪਦਾ ਇਹ ਹੰਕਾਰ ਉਹਨਾਂ ਚੈਨਲਾਂ ਦੇ ਪੱਤਰਕਾਰਾਂ 'ਤੇ ਦਿਖਾ ਕੇ ਚਾਜਾ ਪੂਰਾ ਕਰ ਲਿਆ ਕਰੋ ਜਿਨ੍ਹਾਂ ਨੂੰ ਤੁਸੀਂ ਬੁਰਕੀ ਪਾਉਣੀ, ਜਿਹੜੇ ਤੁਹਾਡੀ ਜੀ ਹਜ਼ੂਰੀ ਕਰਦੇ ਆ, ਜਿਹੜੇ ਤੁਹਾਡੇ ਨਾਲ ਯਾਰੀਆਂ ਪਗਾਉਂਦੇ ਆ। ਆ ਐਵੇਂ ਨਿਰਪੱਖਤਾ ਨਾਲ ਚੱਲਦੇ ਚੈਨਲਾਂ ਦੇ ਨਾਲ ਪੰਗੇ ਨਾ ਲਵੋ, ਕਿਤੇ ਇਹ ਨਾ ਹੋਵੇ ਕਿ ਬਹੁਤਾ ਅੰਦਰਲਾ ਐਸਾ ਸੱਚ ਬਾਹਰ ਕੱਢ ਲਿਆਉਣ ਜਿਹੜਾ ਫਿਰ ਬਰਦਾਸ਼ਤ ਕਰਨਾ ਵੀ ਔਖਾ ਹੋ ਜਾਵੇ। ਨਾਲੇ MLA ਸਾਹਿਬ, ਇਹ ਨਿਰਪੱਖਤਾ ਨਾਲ ਚੱਲਣ ਵਾਲੇ ਚੈਨਲ ਤਾਂ ਨਿਰੇ ਭੁੰਡਾਂ ਦੇ ਖੱਖਰ ਆ, ਅਤੇ ਦੇਖਿਓ ਕਿਤੇ ਭੁੰਡਾਂ ਦੇ ਖੱਖਰ ਨੂੰ ਹੱਥ ਪਾ ਲਵੋ, ਫਿਰ ਭੁੰਡਾਂ ਤੋਂ ਖਹਿੜਾ ਛਡਾਉਣਾ ਵੀ ਔਖਾ ਹੋ ਜਾਊ। ਨਾਲੇ ਤੁਸੀਂ ਜੇ ਗੁੰਡਾਗਰਦੀ ਕਰਨੀ ਸੀ ਤਾਂ ਭਾਈ ਨੇਤਾਗਰੀ ਕਰਨ ਦੀ ਕੀ ਲੋੜ ਸੀ? ਉੱਧਰ ਵਾਲੇ ਪਾਸੇ ਹੀ ਤੁਰ ਪੈਂਦੇ, ਫਿਰ ਕੀ ਪਤਾ ਟੱਕਰ ਪੈਂਦੇ ਉੱਧਰ ਹੀ ਤੁਹਾਨੂੰ ਤੁਹਾਡੇ ਬਰਾਬਰ ਦੇ ਗੁੰਡੇ, ਨਾਲੇ ਤੁਹਾਡਾ ਗੁੰਡਾਗਰਦੀ ਵਾਲਾ ਚਾਅ ਵੀ ਪੂਰਾ ਹੋ ਜਾਂਦਾ। ਨਾਲੇ ਜੇਕਰ MLA ਸਾਹਿਬ ਤੁਹਾਨੂੰ ABC ਪੰਜਾਬ ਜਾਂ ਸੰਦੀਪ ਲਾਦੂਕਾ ਦੀ ਕਿਸੇ ਖਬਰ 'ਤੇ ਇਤਰਾਜ਼ ਸੀ ਤਾਂ ਬੈਠ ਕੇ ਗੱਲ ਕਰ ਲੈਂਦੇ। ਉਹ ਅਗਲੇ ਕਿਹੜਾ ਤੋਪਾਂ ਚੱਕੀ ਫਿਰਦੇ ਸੀ ਮੂਹਰੋਂ ਜਿਹੜੀਆਂ ਤੁਸੀਂ ਸਿੱਧੀਆਂ ਧਮਕੀਆਂ 'ਤੇ ਉੱਤਰ ਆਏ? ਪਰ ਮੈਨੂੰ ਤਾਂ ਇੱਕ ਗੱਲ ਹੋਰ ਲੱਗਦੀ ਹੈ, ਸ਼ਾਇਦ ਇਹ MLA ਸਾਹਿਬ ਨੂੰ ਸੁਰਖੀਆਂ 'ਚ ਰਹਿਣ ਦਾ ਵਾਹਲਾ ਸ਼ੌਂਕ ਆ। ਪਹਿਲਾਂ ਵੀ ਇਹ ਆਪਣੀ ਇੱਕ ਵੀਡੀਓ ਕਰਕੇ ਵਾਹਲੀਆਂ ਸੁਰਖੀਆਂ 'ਚ ਆਏ ਸੀ, ਅਤੇ ਹੁਣ ਆਪਣੇ ਇਸ ਕਾਰਨਾਮੇ ਕਰਕੇ ਸੁਰਖੀਆਂ 'ਚ ਆ ਗਏ। ਚਲੋ, ਹਾਸੇ ਦੀ ਗੱਲ ਹਾਸੇ 'ਚ ਰਹੀ, ਪਰ ਅਫਸੋਸ ਤਾਂ ਇਸ ਗੱਲ ਦਾ ਏ ਕਿ ਉੱਥੇ ਜਦ ਇੱਕ ਹੰਕਾਰੀ MLA ਇੱਕ ਪੱਤਰਕਾਰ ਨੂੰ ਸ਼ਰੇਆਮ ਧਮਕੀਆਂ ਦੇ ਰਿਹਾ ਸੀ ਤਾਂ ਸਾਡਾ ਪੱਤਰਕਾਰ ਭਾਈਚਾਰਾ ਉੱਥੇ ਖੜ੍ਹਾ ਤਮਾਸ਼ਾ ਦੇਖ ਰਿਹਾ ਸੀ। ਕੀ ਗੱਲ ਬਾਈ, ਕਿਹੜੀ ਗੱਲ ਦੀ ਉਡੀਕ ਕਰਦੇ ਸੀ? ਇਹ ਨਾ ਸੋਚੋ ਕਿ ਇਹ ਕਿਹੜਾ ਸਾਡੇ ਨਾਲ ਹੋਇਆ। ਜੇਕਰ ਤੁਸੀਂ ਇੰਝ ਹੀ ਚੁੱਪ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਇਹ ਹਰੇਕ ਨੂੰ ਪੈਣਗੇ। ਅਤੇ ਵੱਡਾ ਅਫਸੋਸ ਇਸ ਗੱਲ ਦਾ ਏ ਕਿ ਇਹ ਸਭ ਕੁਝ ਵਿਧਾਨ ਸਭਾ ਦੀ ਪੱਤਰਕਾਰ ਗੈਲਰੀ ਦੇ ਵਿੱਚ ਹੋ ਰਿਹਾ ਸੀ। ਨਾਲੇ ਕੀ ਗੱਲ, ਜਿਹੜੇ ਕਹਿੰਦੇ ਸੀ ਸਵਾਲ ਪੁੱਛਿਆ ਕਰੋ, ਸਵਾਲ ਪੁੱਛਣਾ ਤੁਹਾਡਾ ਹੱਕ ਹੈ, ਬੋਲਿਆ ਕਰੋ, ਲੀਡਰਾਂ ਅੱਗੇ ਬੋਲਣਾ ਤੁਹਾਡਾ ਹੱਕ ਹੈ, ਹੁਣ ਆਪ ਸੱਤਾ 'ਚ ਆਏ ਤਾਂ ਕੀ ਆਵਾਜ਼ ਵੀ ਬੰਦ ਕਰਨਗੇ? ਕਿ ਹੁਣ ਹਰ ਖਬਰ ਤੁਹਾਡੇ ਹਿਸਾਬ ਨਾਲ ਲੱਗਿਆ ਕਰੇਗੀ? ਕਿ ਹਰ ਖਬਰ ਤੁਹਾਨੂੰ ਪੁੱਛ ਕੇ ਕਰਿਆ ਕਰੀਏ? ਹੁਣ ਤਾਂ ਫਿਰ ਤੁਸੀਂ ਜਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ ਉਹ ਕਿੱਥੇ ਹੈ? ਜਿਹੜੀ ਬੋਲਣ ਦੀ ਆਜ਼ਾਦੀ ਦੀ ਗੱਲ ਤੁਸੀਂ ਕਰਦੇ ਹੋ ਉਹ ਕਿੱਥੇ ਹੈ? ਜਿਹੜੇ ਸਵਾਲ ਪੁੱਛਣ ਦੀ ਆਜ਼ਾਦੀ ਦੀ ਗੱਲ ਤੁਸੀਂ ਕਰਦੇ ਹੋ ਉਹ ਕਿੱਥੇ ਹੈ? ਨਾਲੇ MLA ਸਾਹਿਬ, ਇੱਕ ਗੱਲ ਯਾਦ ਰੱਖਿਓ, ABC ਅਦਾਰਾ ਜਾਂ ਸੰਦੀਪ ਲਾਦੂਕਾ ਇਕੱਲਾ ਨਹੀਂ ਹੈ, ਅਸੀਂ ਉਹਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ, ਅਤੇ ਬਹੁਤੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਵੀ ਨਾਲ ਆ ਸਾਡੇ। ਅਤੇ ਮੈਂ ਇੱਥੇ ਸਪੀਕਰ ਸਾਹਿਬ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਕਿ ਆਪਣੇ ਐਸੇ ਹੰਕਾਰੀ MLA ਨੂੰ ਕਿਰਪਾ ਕਰਕੇ ਬੋਲਣ ਦੀ ਅਕਲ ਜ਼ਰੂਰ ਸਿਖਾਓ, ਅਤੇ ਇਹਨਾਂ ਨੂੰ ਇਹ ਵੀ ਜ਼ਰੂਰ ਦੱਸੋ ਕਿ ਆਪਣੀ ਗੁੰਡਾਗਰਦੀ ਕਿਰਪਾ ਕਰਕੇ ਆਪਣੇ ਘਰ ਰੱਖ ਕੇ ਆਇਆ ਕਰਨ।